ਅਸਲਾਮੁਅਲੈਕਮ ਜੀ ਭਾਜੀ, ਕੀ ਹਾਲ? ਉਮੀਦ ਕਰਦਾ ਕਿ ਸਾਰੇ ਠੀਕ ਹੋਣਗੇ। ਅੱਜ ਦਾ ਨਵਾਂ ਵਲੌਗ ਸ਼ੁਰੂ ਕਰਦੇ ਹਾਂ ਤੇ ਮੈਂ ਕਿਹਾ ਜ਼ਰਾ ਪਿੰਡ ਥਾਂ 'ਚ ਬਜ਼ੁਰਗ ਕੰਮ ਕਰ ਨਾਲ ਆਪਣੇ ਭਾਈ ਆ ਤੇ ਬਜ਼ੁਰਗਾਂ ਦਾ ਆਪਾਂ ਇੰਟਰਵਿਊ ਲੈਂਦੇ ਹਾਂ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਪਰ ਨੇੜੇ ਹੋ ਗਿਆ ਭਾ, ਬਾਬਾ ਜੀ ਥੋੜ੍ਹੀ ਆਵਾਜ਼ ਮੱਠੀ, ਤੁਹਾਨੂੰ ਪਤਾ ਬਾਬਾ ਫਿਰ ਐਕਸਪਾਇਰ ਹੋਣ ਵਾਲਾ। ਹੁਣ ਬਾਬਾ ਜੀ ਕੀ ਨਾਂ ਆਪਣਾ? ਮੈਂ ਨਹੀਂ ਬਤਾਉਂਗਾ। ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ। ਚਾਚਾ ਕਹਿੰਦਾ ਮੇਰਾ ਨਾਂ ਬਸ਼ੀਰਾ ਮਜੋਈਆ। ਤੂੰ ਆਪਣਾ ਵਿੱਚ ਲੋਚਣ ਲਾ। ਬਾਬਾ ਜੀ ਕਿੱਥੇ ਰਹਿੰਦੇ ਹੋ? 370 ਈਵੀ। ਬਾਬਾ ਕਹਿੰਦਾ ਮੈਂ ਚਾਕ ਉਹਨੂੰ ਇੰਟਰਵਿਊ ਲੈ ਲੈਂਦੇ। ਲੈ ਲੈ। ਬਾਬਾ ਜੀ ਕਿੱਥੇ ਰਹਿੰਦੇ ਹੋ? 370 ਈਵੀ। ਬਾਬਾ ਕਹਿੰਦਾ ਮੈਂ ਕਾੜਾ ਬਾਈਪਾਸ ਰਹਿਣਾ ਵਾ। ਅੱਛਾ, ਬਾਬਾ ਜੀ ਕੰਮ ਸ਼ਾਮ ਕੀ ਕਰਦੇ ਹੋ? ਹਾਂ ਜੀ, ਉਹਦੇ ਨਾਲ ਟਰੈਕਟਰ ਦੀ ਛਾਵਲ ਆਲ ਦੀ ਡਰਾਈਵਰੀ ਕਰ ਵੀ ਜ਼ਿਮੀਦਾਰਾ ਕਰਦੇ ਹੋ? ਹਾਂ ਜੀ। ਬਾਬਾ ਕਹਿੰਦਾ ਮੈਂ ਦੇਗਾ ਨਾ ਕੰਮ ਕਰਦਾ, ਦੇਗਾ ਪਕਾਉਂਦਾ ਵਾ, ਗੋਸ਼ਟ ਬੜਾ ਟਾਈਮ ਪਕਾਉਂਦਾ ਬਾਬਾ ਜੀ। ਹੈਂ ਬਾਬਾ ਜੀ, ਕਿੰਨੀ ਆਪਣੀ ਏਜ ਹੋਗੀ, ਉਮਰ ਕਿੰਨੀ ਹੋਗੀ ਆ? ਉਮਰ ਹੋਣੀ ਹੈ 40-50 ਸਾਲ। ਬਾਬਾ ਕਹਿੰਦਾ 55 ਕਿੰਨੇ ਹੁੰਦੇ ਆ? 110 ਸਾਲ ਹੋ ਗਈ ਆ। ਆਪ ਕਹਾ ਤੇ ਗਿਆਨੀ ਬਾਬਾ? 110 ਸਾਲ ਹੋ ਗਈ ਆ। ਹਾਂ ਜੀ। ਤੂੰ ਬੜੀ ਹਾਂ ਹਾਂ ਕਰਨ ਦਿਆ ਵਾ, ਤੂੰ ਕਿੱਥੇ ਰਹਿਣਾ? ਮੈਂ ਇੱਥੇ। ਇੱਥੇ ਕਿੱਥੇ? ਓਏ ਟੂਆ ਕੱਢ ਕਰਨਾ ਤੂੰ? ਹਾਂ ਜੀ। ਅੱਛਾ, ਮੈਂ ਘਰੇ ਰਹਿਣਾ। ਆਪਦੇ ਕਿ ਲੋਕਾਂ ਦੇ? ਲੋਕਾਂ ਦੇ। ਲੈ ਜੀ। ਆ ਕੀ ਹਾਲ ਆ ਤੇਰੇ? ਘਰੇ ਹੀ ਬੰਦਾ ਰਹਿੰਦਾ, ਹੋਰ ਕਿੱਥੇ ਰਹਿੰਦਾ ਯਾਰ? ਜੋ ਦੋ ਸਿਆਣੇ ਵਿੱਚ ਗੱਲਾਂ ਕਰਦੇ ਹੁੰਦੇ ਵਿੱਚ ਨਹੀਂ ਵਿੱਚ ਪੀਂਗ ਪਾਈ ਦੀ ਹੁੰਦੀ? ਪੁੱਛ ਲਾ ਤੂੰ। ਦੋ ਸਿਆਣੇ ਗੱਲਾਂ ਕਰਨ ਨਹੀਂ ਦੇ ਦੋ ਸਿਆਣੇ ਕਰਕੇ ਹਟੇ ਆ? ਪਰ ਕੰਮ ਉੱਪਰ ਕਰਨਾ, ਮੇਰੇ ਕੋਲ ਨਾਸਾ ਨੇ ਖਾਣਾ ਵਾ, ਹਰ ਅੱਜ ਕਦੇ ਆਪਣਾ ਲੋਚ ਤਾਣ ਲੈਣਾ ਵਿੱਚ। ਭਾਈ ਕੀ ਕੰਮ ਸ਼ਾਮ ਕਰਦੇ ਹੋ? ਕੰਮ ਗੱਡੀ ਚਲਾਉਣਾ। ਗੱਡੀ ਚਲਾਉਂਦੇ ਹੋ? ਪਾ ਕਹਿੰਦਾ ਮੈਂ ਟਰੈਕਟਰ ਚਲਾਉਂਦਾ ਵਾ। ਵਿਆਹ ਵੀ ਹੋਇਆ ਆਪਣਾ ਜੀ? ਨਹੀਂ ਹੋਣਾ ਹਜੇ। ਹੋਣਾ ਨਾ ਕੋਈ ਨਜ਼ਰ ਚ ਹੋਈ ਦੱਸਿਓ ਬਾਬਾ ਜੀ, ਤੁਹਾਡਾ ਵਿਆਹ ਤਾਂ ਹੋਇਆ ਹੋਣਾ? ਨਹੀਂ ਜੀ, ਨਿਆਣੇ ਜਵਾਨ ਉਹ ਤੁਹਾਡਾ ਬਾਬਾ ਬਾਬੇ ਨੇ ਦੋ ਬਾਬਾ ਕਹਿੰਦਾ ਮੈਂ ਦੂਸਰਾ ਕਰਨ ਨੂੰ ਫਿਰਦਾ ਵਾ, ਤੁਸੀਂ ਪਹਿਲੇ ਦੀ ਗੱਲ ਕਰਦੇ। ਦੋ ਕਰਾਏ ਉਹਨੇ ਬਾਬਾ, ਦੋ ਕਰਾਇਆ ਤੀਸਰੇ ਨੂੰ ਆਣ ਕਰਨ ਦਿਆ ਉਹ ਤੁਹਾਡਾ ਪਲਾ ਹੋਵੇ ਤੇ ਤੂੰ ਨਾ ਪੈਟਰੋਲ ਤੇ ਲਾਹ ਮਾਰਾ ਛੜ ਕੇ ਬਹੁਤ ਹੋਇਆ ਟਾਈਮ ਦਾ। ਕਿੰਨੀ ਉਮਰ ਹੋ ਗਈ ਤੇਰੀ? ਮੇਰੀ 26 ਸਾਲ। ਤੈਨੂੰ ਨਹੀਂ ਕੋ ਕੁੜੀ ਲੱਭੀ? ਹੁਣ ਇਹੀ ਕਹਿਦਾ ਮੇਰੇ ਨਾਲ ਬੈਟਰ ਬੈਟਰ ਕੇ ਲੱਭ ਲਾ ਕਰਦਾ ਵਿਆਹ ਤੈਨੂੰ ਦੇ ਨਹੀਂ ਕਹਿੰਦੇ। ਬੋਤਲ ਪੀ ਲਵਾਂ ਮੈਂ? ਪੀ ਲਾ। ਪਤਾ ਕਿੱਥੋਂ ਚੱਕ ਲਿਆ, ਤੱਤੀ ਬੋਤਲ ਚੱਕ ਲਿਆ, ਨਹਾ ਵੀ ਲਿਆ ਕਰ, ਗੋਡੇ ਗੋਡੇ ਤੇਰੇ ਕੋਲ ਬੋਲ ਦੇਈਏ, ਥੋੜ੍ਹਾ ਭਰੇ ਹੋ ਗਏ ਬਹਿ। ਪਤਾ ਕਿਉਂ ਨਹਾਤਾ ਵਾ? ਹੋ ਗਏ 3 ਦਿਨ। ਟਾਈਮ ਨਾਲ ਆਇਆ ਕਰ, ਠੰਡ ਲੱਗਦੀ। ਠੰਡ ਲੱਗਦੀ ਤੇ ਗਰਮੀ ਤੋਂ ਇੰਦੇ ਕਹਿ ਦੀ, ਗਰਮੀ ਪੈਣ ਦੀ ਤੈਨੂੰ ਠੰਡਾ ਲੱਗਣ ਦਿਆ? ਜਦੋਂ ਮੈਂ ਬਾਥਰੂਮ 'ਚ ਜਾਂਦਾ ਨਾ ਪਾਣੀ ਦੇ ਨੇੜੇ, ਮੈਨੂੰ ਤਾਂ ਠੰਡ ਲੱਗਦੀ ਆ। ਓਏ ਜਾ ਕਿਸੇ ਹਕੀਮ ਕੋਲ ਇਲਾਜ ਕਰਾ ਕੇ ਆਪਦਾ, ਲੱਗਦਾ ਠੰਡਾ ਤੈਨੂੰ ਇੱਥੇ। ਆਇਆ ਵੱਡਾ ਹਕੀਮ ਕੋਲ ਨਹੀਂ, ਇਲੈਕਟ੍ਰੀਸ਼ਨ ਕੋਲ। ਹੈਂ? ਇਲੈਕਟ੍ਰੀਸ਼ਨ ਕੋਲ। ਇਹਦੀ ਤਾਂ ਤਾਰ ਸੈੱਟ ਕਰਾਉਣ ਲਈ ਆਈਆਂ ਸ਼ੱਕ ਪੈਂਦੀ ਹੈ ਨਾ, ਤੂੰ ਨੇੜੇ ਨੇੜੇ ਲਿਆ, ਤੂੰ ਆਪਣੀ ਐਕਸ਼ਨ ਵੈਕਸ਼ਨ ਦੇ ਮਾਰੀ ਜਾਂਦਾ, ਮੇਰੀ ਤਾਂ ਆਵਾਜ਼ ਨਾਲ ਕਾਰਡ ਹੋਵੇ। ਦੱਸ ਇਹਨੂੰ ਯਾਰ, ਤੇਰੀ ਸਮਝ 'ਚ ਨਹੀਂ ਆਉਂਦੀ। ਤੇਰੀ ਸਮਝ ਬੜੀ ਗੱਲ ਪਤਾ ਵਾ ਬਾਬਾ, ਤੁਹਾਨੂੰ ਮੁੰਡਾ ਸਿਆਣਾ ਲੱਗਦਾ, ਇਹਦਾ ਵਿਆਹ ਖੜਕਾਰੀਏ? ਖੜਕਾ ਦਿਓ। ਖੜਕਾ ਇਹਨੂੰ, ਵੈਸੇ ਇਹਨੂੰ ਖੜਕਾਈਏ ਜਾਂ ਵਿਆਹ ਖੜਕਾਈਏ? ਨਹੀਂ ਨਹੀਂ, ਵਿਆਹ ਖੜਕਾ। ਮੈਂ ਕਹਿੰਦਾ ਪਹਿਲੇ ਵੈਸੇ ਨੂੰ ਝੰਬਦੀ ਥੋੜ੍ਹਾ ਜਿਹਾ, ਥੋੜ੍ਹਾ ਖੜਕਾਰੀਏ, ਸੈੱਟ ਹੋ ਜਾਊਗਾ। ਬਹੁਤ ਗੱਲਾਂ ਕਰਦਾ ਯਕੀਨ ਮੰਨੋ, ਇਹਨੇ ਕਿਸੇ ਨੇ ਪਿੰਡ ਚੋਂ ਨੰਬਰਦਾਰ ਕੋਲ ਹੱਥੇ ਖਾ ਲੈਣੇ ਆ। ਉਹ ਬਾਹਰ ਵਾਲਾ ਮੋੜ ਦੇਖਿਆ ਹੀ ਨਹੀਂ? ਦੇਖਿਆ ਉਹਦੇ ਵਰਗਾ ਤੇਰਾ ਮੂੰਹ ਆ। ਗੱਲ ਸੁਣ ਮੇਰੀ, ਉਹ ਕੋ 500-700 ਬੋਰੀ ਪਈ ਹੋਵੇ ਨਾ ਆ ਗੰਦਨ ਦੀ, ਆਖਰੀ ਬੋਰੀ ਚੱਕੋ ਤੇ ਇਹੋ ਜਿਹੀ ਉੱਥੋਂ ਚੂਹੀ ਨਿਕਲਦੀ ਹੈ। ਉਹ 100 ਵਾਲਾ ਬੋਰਡ ਮੋਲਦਾ ਸਾਰ, ਬੋਰਡ ਲੱਗਾ ਦੇਖਿਆ ਹੀ ਨਹੀਂ? ਦੇਖਿਆ ਇਹਨੇ ਨੁਕਰਾ ਨਹੀਂ ਦੇਖਿਆ? ਆ ਮਾਸ਼ਾਅੱਲਾ ਉਹਦੇ ਵਰਗਾ ਸੇਰੀ, ਮਾਸ਼ਾਅੱਲਾ ਮਾਸ਼ਾਅੱਲਾ। ਆ ਤੇਰਾ ਨੂਟ ਨੂਟ ਟਪਕਦਾ ਪਿਆ ਮੇਰੇ ਪਤੇ ਵਿੱਚ, ਆ ਜਾ ਲੱਭ ਲਾ ਕੁੜੀ ਨੂੰ, ਕਰ ਲਾ ਵਿਆਹ, ਲੱਭੋ ਰਾਲ ਮਿਲ ਕੇ। ਫਿਰ ਬਾਬਾ ਕੋਈ ਲੂਨੀ ਲੱਲੀ ਕਾਣੀ ਕੱਜੀ ਕੋਈ ਹੈ? ਕੋਈ
ਜਿਹੜੀ ਕੋਈ ਨਬਰ ਚੱਲਦੀ ਹੋਵੇ ਤੇ ਮੱਥੇ ਦੰਮ ਦੇ ਇਹਦਾ ਵਿਆਹ ਕਰ ਕੇ ਤੇ ਇਹਦਾ ਲਈ ਖੜੋਤਾ ਮੈਨੂੰ ਯਕੀਨ ਮੰਨ ਭਾਵੇਂ 302 ਲਵਾ ਦੇਵੇ ਇਹ ਹਸਪੀਟਲ ਗਿਆ ਉੱਥੇ ਉਹਨੇ ਰਸ਼ ਪਾ ਤਾ ਕਹਿੰਦਾ ਜੇ ਕਿਸੇ ਨੂੰ ਖੂਨ ਚਾਹੀਦਾ ਖੂਨ ਲੈ ਲਓ ਖੂਨ ਲੈ ਲਓ ਇਹ ਚੋਂ ਇੱਕ ਬੋਤਲ ਕੱਢੀ ਤੇ ਮੁੜ ਕੇ 8 ਲਾ ਕੇ ਉਠਾਇਆ ਬਾਬਾ 11 ਬਾਈ ਤੇ ਕਾਲ ਕਰਕੇ ਕਹਿੰਦਾ 11 ਬਾਈ ਆ ਗਈ ਗਵਾਂਢੀਆਂ ਦੀ ਮਾਈ ਬਿਮਾਰ ਸੀ ਕਹਿੰਦਾ ਮੈਂ ਅੱਗੇ ਬਹਿ ਕੇ ਜਾਣਾ ਫਰੈਂਡ ਸੀਟ ਤੇ ਮੈਂ ਬਹਿ ਕੇ ਜਾਣਾ 112 ਤੇ ਕਹਿੰਦਾ ਮੈਨੂੰ ਆਣ ਫੋਨ ਕਰਦਾ ਕਹਿੰਦਾ ਮੈਨੂੰ ਬਚਾਲੋ ਮੈਂ ਡੁੱਬ ਗਿਆ ਉਹ ਗੱਡੀਆਂ ਛੱਡੀਆਂ ਲੈ ਕੇ ਆਪਣੀਆਂ ਆਈਆਂ ਵਾ ਹੈ ਦੇਖੇ ਤਾਂ ਕਿ ਬਾਲਟੀ ਚ ਡੁੱਬ ਕੇ ਬੈਠਾ ਹੋਇਆ ਕੁੱਤੇ ਦੀਆਂ ਅੱਖਾਂ ਚੱਖਾ ਪਾ ਕਹਿੰਦਾ ਤੇਰੀਆਂ ਮੇਰੀਆਂ ਲੱਤਾਂ ਦਾ ਫਰਕ ਆ ਤੇਰੇ ਖੰਬੇ ਦੀ ਈਦ ਮੁਬਾਰਕ ਲਿਖੀ ਜੱਪ ਬਾਬਾ ਖੰਬੇ ਦੀ ਈਦ ਮੁਬਾਰਕ ਲਿਖੀ ਜੱਪੀ ਪਾ ਕਹਿੰਦਾ ਖੈਰ ਮੁਬਾਰਕ